ਹੈ ਫਰੈਂਡਸ ਮੈਂ ਪ੍ਰਿਯੰਕਾ ਫਰੈਂਡਸ ਕਹਿੰਦੇ ਨੇ ਵੀ ਕਿਸੇ ਵੀ ਬੱਚੇ ਦਾ ਦੂਸਰਾ ਘਰ ਉਸਦਾ ਸਕੂਲ ਹੁੰਦਾ ਅਤੇ ਕਿਸੇ ਵੀ ਤਰ੍ਹਾਂ ਦੀ ਚੰਗੀ ਮਾੜੀ ਸਿੱਖਿਆ ਬੱਚੇ ਨੂੰ ਸਕੂਲ ਵੱਲੋਂ ਹੀ ਦਿੱਤੀ ਜਾਂਦੀ ਹੈ ਅਤੇ ਮਾਪਿਆਂ ਵੱਲੋਂ ਵੀ ਜਦੋਂ ਕਿਸੇ ਵੀ ਸਕੂਲ ਦੇ ਵਿੱਚ ਆਪਣੇ ਬੱਚੇ ਦੀ ਐਡਮਿਸ਼ਨ ਕਰਵਾਉਣੀ ਹੁੰਦੀ ਹੈ ਤਾਂ ਸਕੂਲ ਵਿੱਚ ਉਸਦੀ ਰੈਪੂਟੇਸ਼ਨ ਨੂੰ ਉਸਦੇ ਫੀਸ ਸਟਰਕਚਰ ਨੂੰ ਈਵਨ ਕਿ ਟੀਚਰਸ ਦੇ ਬਿਹੇਵੀਅਰ ਵੱਲ ਵੀ ਬਹੁਤ ਧਿਆਨ ਦਿੱਤਾ ਜਾਂਦਾ ਹੈ ਜੇਕਰ ਇੱਕੋ ਸਕੂਲ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਮਿਲ ਜਾਣ ਤਾਂ ਫਰੈਂਡ ਸੋਨੇ ਅਤੇ ਸੁਹਾਗਾ ਵਾਲੀ ਗੱਲ ਹੋ ਜਾਂਦੀ ਹੈ ਜੀ ਪਿਛਲੇ 35 ਸਾਲਾਂ ਤੋਂ ਬਰਨਾਲੇ ਵਿਖੇ ਵੀ ਇੱਕ ਅਜਿਹਾ ਸਕੂਲ ਆਪਣੀਆਂ ਸੇਵਾਵਾਂ ਨਿਭਾ ਰਿਹਾ ਜਿਸ ਵਿੱਚ ਬੱਚਿਆਂ ਨੂੰ ਸਿੱਖਿਆ ਦੇ ਨਾਲ ਨਾਲ ਉਹਨਾਂ ਦੇ ਸਰਵਪੱਖੀ ਵਿਕਾਸ ਵੱਲ ਵੀ ਖਾਸ ਧਿਆਨ ਦਿੱਤਾ ਜਾਂਦਾ ਹੈ ਸਕੂਲ ਕਿਸੇ ਵੀ ਬੱਚੇ ਦਾ ਦੂਜਾ ਘਰ ਹੁੰਦਾ ਕਿਉਂਕਿ ਦਿਨ ਦਾ ਕਾਫੀ ਸਮਾਂ ਬੱਚਾ ਸਕੂਲ ਵਿੱਚ ਹੀ ਗੁਜ਼ਾਰਦਾ ਹੈ ਉਹ ਹੱਸਦਾ ਖੇਡਦਾ ਹੋਇਆ ਆਪਣੇ ਨਵੇਂ ਨਵੇਂ ਦੋਸਤ ਬਣਾਉਂਦਾ ਹੈ ਅਤੇ ਟੀਚਰਸ ਤੋਂ ਜ਼ਿੰਦਗੀ ਜਿਉਣ ਦੇ ਨਿੱਤ ਨਵੇਂ ਗੁਣ ਸਿੱਖਦਾ ਹੈ ਮਾਪੇ ਵੀ ਆਪਣੇ ਬੱਚੇ ਨੂੰ ਜਦੋਂ ਸਕੂਲ ਭੇਜਦੇ ਹਨ ਤਾਂ ਉਹ ਵੀ ਇਹ ਸੋਚ ਕੇ ਭੇਜਦੇ ਹਨ ਕਿ ਸਕੂਲ ਵਿੱਚ ਪੜ੍ਹ ਕੇ ਸਾਡਾ ਬੱਚਾ ਇਸ ਲਾਇਕ ਬਣੇ ਕਿ ਉਹ ਆਉਣ ਵਾਲੀ ਜ਼ਿੰਦਗੀ ਦੇ ਹਰ ਸਵਾਲ ਦਾ ਜਵਾਬ ਤਿਆਰ ਰੱਖੇ ਇਹ ਸਭ ਤਾਂ ਹੀ ਸੰਭਵ ਹੈ ਜਦੋਂ ਸਕੂਲ ਵਿੱਚ ਬੱਚਿਆਂ ਦੇ ਸਰਵਪੱਖੀ ਵਿਕਾਸ ਵੱਲ ਧਿਆਨ ਦਿੱਤਾ ਜਾਵੇ ਅਤੇ ਇਹਨਾਂ ਸਭ ਗੱਲਾਂ 'ਤੇ ਖਰਾ ਉਤਰਦਾ ਹੈ ਬਰਨਾਲਾ ਵਿਖੇ ਬਣਿਆ YS ਸਕੂਲ YS ਸਕੂਲ ਬਰਨਾਲਾ ਅਤੇ ਹੰਡਿਆਇਆ ਦੋਵੇਂ ਹੀ ਲੰਮੇ ਸਮੇਂ ਤੋਂ ਇਸ ਇਲਾਕੇ ਵਿੱਚ ਬੱਚਿਆਂ ਦਾ ਭਵਿੱਖ ਸੰਵਾਰਨ ਲਈ ਲੱਗੇ ਹੋਏ ਹਨ ਕਿਉਂਕਿ ਇੱਥੇ ਬੱਚਿਆਂ ਦੇ ਸਰਵਪੱਖੀ ਵਿਕਾਸ 'ਤੇ ਜ਼ੋਰ ਦਿੱਤਾ ਜਾਂਦਾ ਹੈ ਜਿਸ ਲਈ ਇਲੈਕਟ੍ਰੋਨਿਕ ਡੀਜੀ ਬੋਰਡ ਅਤੇ ਆਧੁਨਿਕ ਤਕਨੀਕਾਂ ਰਾਹੀਂ ਪੜ੍ਹਾਈ ਕਰਵਾਈ ਜਾਂਦੀ ਹੈ ਇਹ ਇਲਾਕੇ ਦਾ ਇੱਕੋ ਇੱਕ ਸਕੂਲ ਹੈ ਜਿੱਥੇ 6ਵੀਂ ਕਲਾਸ ਤੋਂ ਹੀ ਰੋਬੋਟਿਕਸ ਵਿਸ਼ੇ ਦੇ ਤੌਰ 'ਤੇ ਪੜ੍ਹਾਇਆ ਜਾਂਦਾ ਹੈ ਅੱਜ ਇੰਗਲਿਸ਼ ਬੋਲਣਾ ਹਰ ਕਿਸੇ ਲਈ ਜ਼ਰੂਰੀ ਹੈ ਅਤੇ ਇਸ ਲਈ ਸਕੂਲ ਵੱਲੋਂ ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਇੰਗਲਿਸ਼ ਕਮਿਊਨੀਕੇਸ਼ਨ ਟ੍ਰੇਨਰਸ ਜੋ ਕਿ ਬੜੇ ਸੁਖਾਲੇ ਢੰਗ ਨਾਲ ਬੱਚੇ ਨੂੰ ਇੰਗਲਿਸ਼ ਸਿਖਾ ਰਹੇ ਹਨ ਬੱਚੇ ਵਿੱਚ ਆਤਮ ਵਿਸ਼ਵਾਸ ਪੈਦਾ ਕਰਨ ਬੋਲਣ ਚੱਲਣ ਦੇ ਢੰਗ ਨੂੰ ਸਵਾਰਨ ਲਈ ਹਰ ਬੱਚੇ ਨੂੰ ਸਾਲਾਨਾ ਸਾਇੰਸ ਮੇਲਾ ਸੱਭਿਆਚਾਰਕ ਫੰਕਸ਼ਨ ਵਰਕਸ਼ਾਪ ਅਤੇ ਸੈਮੀਨਾਰ ਰਾਹੀਂ ਅੱਗੇ ਆਉਣ ਦਾ ਮੌਕਾ ਦਿੱਤਾ ਜਾਂਦਾ ਹੈ ਨਰਸਰੀ ਕਲਾਸ ਤੋਂ ਹੀ ਬੱਚੇ ਨੂੰ ODOM ਨੇਚਰ ਵਾਕ ਬਰਥਡੇ ਸੈਲੀਬ੍ਰੇਸ਼ਨ ਫੈਸਟੀਵਲ ਸੈਲੀਬ੍ਰੇਸ਼ਨ ਸੈਟਰਡੇ ਐਕਟੀਵਿਟੀਜ਼ ਰਾਹੀਂ ਆਤਮ ਵਿਸ਼ਵਾਸ ਵਿੱਚ ਵਾਧਾ ਕੀਤਾ ਜਾਂਦਾ ਹੈ ਅਤੇ ਡਾਂਟ ਰਹਿਤ ਮਾਹੌਲ ਦਿੱਤਾ ਜਾਂਦਾ ਹੈ ਸਕੂਲ ਵੱਲੋਂ ਵੱਖ ਵੱਖ ਖੇਡਾਂ ਲਈ ਰੱਖੇ ਗਏ 14 ਕੋਚ ਕਾਰਨ ਹੀ ਸਕੂਲ ਦੇ ਵਿਦਿਆਰਥੀਆਂ ਨੇ 600 ਤੋਂ ਵੱਧ ਮੈਡਲ ਹਾਸਿਲ ਕੀਤੇ ਹੈ ਜਿਨ੍ਹਾਂ ਵਿੱਚੋਂ ਇੱਕ ਅਵਨੀਤ ਕੌਰ ਨੇ ਬਾਕਸਿੰਗ ਵਿੱਚ ਨੈਸ਼ਨਲ ਪੱਧਰ 'ਤੇ ਗੋਲਡ ਮੈਡਲ ਹਾਸਿਲ ਕੀਤਾ ਹੈ ਇਹੀ ਨਹੀਂ ਸਕੂਲ ਵੱਲੋਂ NTSC IIT ਫਾਊਂਡੇਸ਼ਨ ਮੈਂਟਲ ਏਬਿਲਿਟੀ ਕਲਾਸਿਸ ਰੈਗੂਲਰ ਲਗਾਈਆਂ ਜਾਂਦੀਆਂ ਹਨ ਜਿਸ ਕਾਰਨ ਵਿਦਿਆਰਥੀਆਂ ਨੇ ਹੁਣ ਤੱਕ ਅਨੇਕ ਥਾਵਾਂ 'ਤੇ ਮੱਲਾਂ ਮਾਰੀਆਂ ਹਨ ਪੜ੍ਹਾਈ ਵਿੱਚ ਇਸ ਸਕੂਲ ਦੇ 2013 ਵਿੱਚ 18 ਵਿਦਿਆਰਥੀਆਂ ਨੇ ਅਤੇ 2014 ਵਿੱਚ 13 ਵਿਦਿਆਰਥੀਆਂ ਨੇ 100% ਯਾਨੀ 10 ਵਿੱਚੋਂ 10 CGPA ਪ੍ਰਾਪਤ ਕੀਤੇ ਹਨ ਹੈਲੋ ਫਰੈਂਡਸ ਕਹਿੰਦੇ ਨੇ ਹੋਣਹਾਰ ਬਿਰਵਾਨ ਕੀ ਹੋਤ ਸਿਕਨੇ ਪਾਰ ਅਤੇ ਕਹਾਵਤ ਬਿਲਕੁਲ ਗਗਨਦੀਪ ਕੌਰ 'ਤੇ ਸੂਟ ਕਰਦੀ ਹੈ ਗਗਨਦੀਪ ਕੌਰ YS ਸਕੂਲ ਦੀ ਇੱਕ ਸਟੂਡੈਂਟ ਹੈ ਜੋ ਕਿ ਅਕੈਡਮਿਕ ਅਚੀਵਰ ਵੀ ਹੈ ਅਤੇ ਆਓ ਦੇਖਦੇ ਹਾਂ ਗਗਨਦੀਪ ਕੌਰ ਦੇ ਜੀਵਨ ਦੀ ਝਲਕ ਪਿੰਡ ਦਾ ਮਾਹੌਲ ਸਧਾਰਨ ਜਿਹਾ ਪਰਿਵਾਰ ਕਿਸਨੇ ਸੋਚਿਆ ਹੋਵੇਗਾ ਕਿ ਪਿੰਡ ਵਿੱਚ ਜੰਮੀ ਗਗਨਦੀਪ ਜਿਸ ਦੇ ਪਰਿਵਾਰ ਵਾਲੇ ਵੀ ਪੜ੍ਹੇ ਲਿਖੇ ਨਹੀਂ ਹਨ ਉਹ ਆਪਣੇ ਸਕੂਲ ਵਿੱਚ ਪੜ੍ਹਾਈ ਵਿੱਚ ਇੰਨੀਆਂ ਮੱਲਾਂ ਮਾਰੇਗੀ ਸਕੂਲ ਵਿੱਚ ਤਾਂ ਗਗਨ ਇੱਕ ਚੰਗੀ ਸਟੂਡੈਂਟ ਹੈ ਹੀ ਨਾਲ ਹੀ ਘਰ ਦੇ ਕੰਮਾਂ ਵਿੱਚ ਵੀ ਉਹ ਪੂਰਾ ਹੱਥ ਵਟਾਉਂਦੀ ਹੈ ਅਤੇ ਜਦ ਸਮਾਂ ਮਿਲਦਾ ਹੈ ਆਪਣੀ ਪੜ੍ਹਾਈ ਵੀ ਪੂਰਾ ਧਿਆਨ ਲਗਾ ਕੇ ਕਰਦੀ ਹੈ ਹੈਲੋ ਗਗਨ ਹੈਲੋ ਮੈਮ ਸਭ ਤੋਂ ਪਹਿਲਾਂ ਤਾਂ ਫਰੈਂਡਸ ਨੂੰ ਆਪਣੇ ਬਾਰੇ ਜਾਣਕਾਰੀ ਮੈਂ ਗਗਨਦੀਪ ਕੌਰ ਬਰਨਾਲੇ ਤੋਂ 22 ਕਿਲੋਮੀਟਰ ਪਿੰਡ ਦੇ ਵਿੱਚ ਰਹਿੰਦੀ ਹਾਂ ਜੋ ਕਿ ਪੱਖੋ ਕਲਾ ਹੈ ਮੈਂ ਇਸ ਸਕੂਲ ਦੇ ਵਿੱਚ 4th ਕਲਾਸ ਤੋਂ ਪੜ੍ਹਦੀ ਹਾਂ ਤੁਸੀਂ YS ਸਕੂਲ ਦੇ ਵਿੱਚ ਇੱਕ ਅਕੈਡਮਿਕ ਅਚੀਵਰ ਹੋ ਅਕੈਡਮਿਕ ਅਚੀਵਰ ਨੂੰ ਤੁਸੀਂ ਆਪਣੇ ਵਰਡਸ ਦੇ ਵਿੱਚ ਕਿਸ ਤਰ੍ਹਾਂ ਲਾਉਂਗੇ ਅਕੈਡਮਿਕ ਅਚੀਵਰ ਜਿਹੜਾ ਕਿ ਹਰੇਕ ਚੀਜ਼ ਦੇ ਵਿੱਚ ਪਰਫੈਕਟ ਹੋਵੇ ਮੈਂ ਤਾਂ ਇਹੀ ਕਹਿਣਾ ਚਾਹਾਂਗੀ ਓਕੇ ਕਿਹੜੇ ਕਿਹੜੇ ਸਬਜੈਕਟ ਦੇ ਵਿੱਚ ਤੁਹਾਨੂੰ ਜ਼ਿਆਦਾ ਦਿਲਚਸਪੀ ਹੈ ਮੈਨੂੰ ਬਾਇਓਲੋਜੀ ਐਂਡ ਕੈਮਿਸਟਰੀ ਕਿਉਂ ਬਾਇਓਲੋਜੀ ਦੇ ਵਿੱਚ ਤਾਂ ਮੈਨੂੰ ਮੀਨਸ ਕਿ ਆਪਣੇ ਬਾਰੇ ਜਾਣਨ ਦਾ ਬਹੁਤ ਮੀਨਸ ਕਿ ਬਹੁਤ ਜ਼ਿਆਦਾ ਇੰਟਰਸਟ ਹੈ ਕਿ ਮੈਂ ਜਾਣਾਂ ਕਿ ਮੇਰੇ ਵਿੱਚ ਕੀ ਹੈ ਮੀਨਸ ਕਿ ਮੇਰੇ ਇਨਵਾਇਰਮੈਂਟ ਦੇ ਵਿੱਚ ਕੀ ਹੈ ਅਦਰਵਾਈਜ਼ ਕੈਮਿਸਟਰੀ ਦੇ ਵਿੱਚ ਉਹਦੇ ਰਿਐਕਸ਼ਨਸ ਕਾਫੀ ਅੱਛੇ ਲੱਗਦੇ ਨੇ ਹੋਰ ਜਿਹੜੀ ਹੈ ਸਟੱਡੀ ਹੈ ਇੰਗਲਿਸ਼ ਮੈਥ ਸਾਇੰਸ ਕਿਸ ਤਰ੍ਹਾਂ ਉਸਨੂੰ ਨਾਲ ਦੀ ਨਾਲ ਮੈਨੇਜ ਕਰਦੇ ਹੋ ਉਹ ਬਾਕੀ ਸਬਜੈਕਟਸ ਵੀ ਮੈਨੂੰ ਬਹੁਤ ਵਧੀਆ ਲੱਗਦੇ ਨੇ ਸਾਇੰਸ ਤਾਂ ਮੀਨਸ ਕਿ ਬਹੁਤ ਵਧੀਆ ਲੱਗਦੇ ਆ ਇੰਗਲਿਸ਼ ਪੰਜਾਬੀ ਔਲ ਉਹ ਤਾਂ ਲੈਂਗੁਏਜਸ ਨੇ ਤਾਂ ਫਿਰ ਅਗਰ ਆਪਾਂ ਆਈਡਲ ਦੀ ਗੱਲ ਕਰੀਏ ਤਾਂ ਤੁਹਾਡਾ ਆਈਡਲ ਕੌਣ ਹੈ ਜੋ ਵੀ ਆਪਣੇ ਮੀਨਸ
ਫੇਮਸ ਪਰਸਨੈਲਿਟੀਜ਼ ਰਹੀਆਂ ਨੇ, ਮੋਸਟਲੀ ਸਟੱਡੀ ਦੇ ਫੀਲਡ ਵਿੱਚ ਹੀ ਰਹੀਆਂ ਨੇ, ਅਤੇ ਮੈਂ ਵੀ ਉਹਨਾਂ ਦੇ ਵਾਂਗ ਹੀ ਬਣਨਾ ਚਾਹੁੰਦੀ ਹਾਂ। ਕਿਰਨ ਬੇਦੀ ਮੇਰੇ ਫੇਵਰੇਟ ਰਹੇ ਨੇ ਅਤੇ ਮੈਂ ਉਹਨਾਂ ਵਾਂਗ ਹੀ ਦੇਸ਼ ਦੀ ਸੇਵਾ ਕਰਨਾ ਚਾਹੁੰਦੀ ਹਾਂ। ਇਨਵਿੰਸੀਬਲ ਬੈਚ ਦੀ ਗੱਲ ਕੀਤੀ ਸਾਡੇ ਫਰੈਂਡਸ ਨੇ, ਇਨਵਿੰਸੀਬਲ ਬੈਚ ਬਾਰੇ ਦੱਸੋ ਕਿਉਂਕਿ ਇਨਵਿੰਸੀਬਲ ਬੈਚ ਦੇ ਵਿੱਚ ਉਹ ਸਟੂਡੈਂਟਸ ਨੇ ਜਿਹੜੇ ਮੀਨਸ ਕਿ ਐਨ ਟੀ ਐੱਸ ਸੀ ਨੂੰ ਕਲੀਅਰ ਕਰਨਾ ਚਾਹੁੰਦੇ ਨੇ ਅਤੇ ਐਨ ਟੀ ਐੱਸ ਸੀ ਦੇ ਲਈ ਪ੍ਰਿਪੇਅਰ ਕਰਨਾ ਚਾਹੁੰਦੇ ਨੇ। NTSC ਕੀ ਹੋਵੇਗਾ? NTSC ਦੀ ਫੁੱਲ ਫੋਰਮ ਹੈਗੀ ਨੈਸ਼ਨਲ ਟੈਲੈਂਟ ਸਰਚ ਐਗਜ਼ਾਮੀਨੇਸ਼ਨ, ਜਿਹੜਾ ਕਿ ਆਲ ਓਵਰ ਇੰਡੀਆ ਦੇ ਵਿੱਚ ਹੈਲਡ ਕੀਤਾ ਜਾਂਦਾ ਹੈ, ਅਤੇ ਉਸ ਮੀਨਸ ਕਿ ਉਸਨੂੰ ਕਲੀਅਰ ਕਰਨਾ ਕੋਈ ਆਸਾਨ ਗੱਲ ਨਹੀਂ ਹੈ। ਅਤੇ ਗਗਨ, ਤੁਸੀਂ ਇਸ ਨੂੰ ਲੈ ਕੇ ਇੰਨੇ ਕ੍ਰੇਜ਼ੀ ਕਿਉਂਕਿ ਮੈਂ NTSC ਨੂੰ ਕਲੀਅਰ ਕਰਨਾ ਹੈ? ਉਸਦਾ ਜਿਹੜਾ ਟੈਗ ਲੱਗਦਾ ਨਾ, ਉਹ ਬਹੁਤ ਫੇਮਸ ਚੀਜ਼ ਹੈ, ਮੀਨਸ ਕਿ ਉਸਨੂੰ ਪਾਉਣਾ ਕੋਈ ਆਸਾਨ ਗੱਲ ਨਹੀਂ ਹੈ, ਅਤੇ ਮੈਂ ਵੀ ਉਹ ਟੈਗ ਪਾਉਣਾ ਚਾਹੁੰਦੀ ਹਾਂ। ਵੈਰੀ ਗੁੱਡ ਗਗਨ, ਅਤੇ ਸਾਡੇ ਦੀ ਸਾਰਿਆਂ ਦੀ ਬਲੈਸਿੰਗ ਤੁਹਾਡੇ ਨਾਲ ਹੈ ਕਿ ਤੁਸੀਂ ਉਹ ਟੈਗ ਨੂੰ ਯਾਨੀ ਕਿ ਹਾਸਿਲ ਕਰੋ ਅਤੇ ਆਪਣੇ ਸਕੂਲ ਅਤੇ ਆਪਣੇ ਘਰਦਿਆਂ ਦਾ ਨਾਮ ਰੋਸ਼ਨ ਕਰੋ। ਹੁਣ ਗਗਨ, ਆਪਾਂ ਤੁਹਾਡੇ ਬਾਰੇ ਤਾਂ ਜਾਣਕਾਰੀ ਪ੍ਰਾਪਤ ਕਰ ਲਈ, ਲੇਕਿਨ ਹੁਣ ਛੋਟੀ ਜਿਹੀ ਜਾਣਕਾਰੀ ਪ੍ਰਾਪਤ ਕਰਾਂਗੇ ਤੁਹਾਡੀ ਫੈਮਿਲੀ ਬੈਕਗਰਾਊਂਡ ਬਾਰੇ। ਫੈਮਿਲੀ ਵਿੱਚ ਕੌਣ ਕੌਣ ਹੈ ਅਤੇ ਕੌਣ ਕੌਣ ਕੀ ਕਰਦਾ? ਮੇਰੇ ਫੈਮਿਲੀ ਦੇ ਵਿੱਚ ਮੇਰੇ ਪਾਪਾ, ਮੰਮਾ, ਬ੍ਰਦਰ, ਦਾਦਾ, ਦਾਦੀ। ਫਾਦਰ ਕੀ ਕਰਦੇ ਨੇ? ਮੇਰੇ ਫਾਦਰ ਫਾਰਮਰ ਨੇ ਅਤੇ ਮੇਰੇ ਮਦਰ ਹਾਊਸ ਵਾਈਫ ਨੇ। ਗਗਨਦੀਪ ਕੌਰ ਇਸ ਪਿੰਡ ਪੱਖੋ ਕਲਾਂ ਦੀ ਜੰਪਲ ਹੈ। ਮੈਂ ਉਸਦੀ ਮੰਮੀ ਜਸਪਾਲ ਕੌਰ, ਅਤੇ YS ਸਕੂਲ ਦੇ ਵਿੱਚ ਪੜ੍ਹਦੀ ਹੈ। ਪੜ੍ਹਨ ਦੇ ਵਿੱਚ ਬਹੁਤ, ਪਿੰਡ ਦੇ ਪੜ੍ਹਨ ਇਸ ਪਿੰਡ ਦੀ ਜੰਪਲ ਹੋਣ ਦੇ ਨਾਤੇ ਵੀ ਪੜ੍ਹਾਈ ਦੇ ਵਿੱਚ ਬਹੁਤ ਇੰਟੈਲੀਜੈਂਟ ਹੈ। ਇਸ ਪਿੰਡ ਵਾਲਿਆਂ ਨੂੰ ਔਰ ਸਕੂਲ ਵਾਲਿਆਂ ਨੂੰ ਇਸ ਬੱਚੀ 'ਤੇ ਬਹੁਤ ਮਾਣ ਹੈ। ਜਿਸ ਤਰ੍ਹਾਂ ਤੁਸੀਂ ਗਗਨ ਦੱਸਿਆ ਕਿ ਤੁਸੀਂ ਇੱਕ ਛੋਟੇ ਜਿਹੇ ਪਿੰਡ ਤੋਂ ਬਿਲੋਂਗ ਕਰਦੇ ਹੋ, ਪਿੰਡ ਦੇ ਵਿੱਚ ਕਿ ਹੋਰ ਵੀ ਕੋਈ ਲੜਕੀਆਂ ਨੇ ਜਾਂ ਲੜਕੇ ਲੜਕੀਆਂ ਜੋ ਕਿ ਇਸ ਚੀਜ਼ ਨੂੰ ਲੈ ਕੇ ਕ੍ਰੇਜ਼ੀ ਹੋਣ, NTSC ਦੇ ਪੇਪਰ ਨੂੰ ਕਲੀਅਰ ਕਰਨਾ ਚਾਹੁੰਦੇ ਹੋ? ਮੈਨੂੰ ਨਹੀਂ ਲੱਗਦਾ ਕਿ ਕਿਸੇ ਨੂੰ NTSC ਬਾਰੇ ਪਤਾ ਹੋਣਾ। ਮੈਨੂੰ ਵੀ ਇਹੀ ਸਕੂਲ ਦੇ ਵਿੱਚ ਆ ਕੇ NTSC ਦੇ ਬਾਰੇ ਪਤਾ ਚੱਲਿਆ, ਅਤੇ ਮੈਂ ਇਸ ਲਈ ਬਹੁਤ ਥੈਂਕਫੁਲ ਹਾਂ। ਅਤੇ ਤੁਸੀਂ ਇਸ ਦੀ ਪ੍ਰਿਪਰੇਸ਼ਨ ਕਿਸ ਤਰ੍ਹਾਂ ਕਰਦੇ ਹੋ? ਇਸ ਲਈ ਸਾਡੇ ਸਕੂਲ ਦੇ ਵਿੱਚ ਮੌਕ ਟੈਸਟ ਹੁੰਦੇ ਨੇ, ਟੀਚਰਸ ਬਹੁਤ ਜ਼ਿਆਦਾ ਅਸਾਈਨਮੈਂਟਸ ਦਿੰਦੇ ਨੇ, ਅਤੇ ਉਹਨਾਂ ਲਈ ਮੈਂ ਬਹੁਤ ਜ਼ਿਆਦਾ ਥੈਂਕਫੁਲ ਵੀ ਹਾਂ। ਮੀਨਸ ਕਿ ਅਸਾਈਨਮੈਂਟਸ, ਨੋਟਸ ਬਹੁਤ ਮੀਨਸ ਕਿ ਸ਼ਾਰਟ ਫੋਰਮਸ ਦੇ ਵਿੱਚ ਕਰਕੇ ਦਿੱਤੇ ਜਾਂਦੇ ਨੇ, ਅਤੇ ਮੌਕ ਟੈਸਟ ਹੁੰਦੇ ਨੇ ਜਿਸ ਦੇ ਨਾਲ ਸਾਨੂੰ ਪ੍ਰਿਪਰੇਸ਼ਨ ਹੋ ਜਾਂਦੀ ਹੈ। ਔਰ ਕਿਸ ਤਰ੍ਹਾਂ ਦੀ ਗਾਈਡੈਂਸ ਹੈ ਜਿਹੜੀ ਕਿ ਸਪੈਸ਼ਲ ਗਾਈਡੈਂਸ ਤੁਹਾਨੂੰ ਦਿੱਤੀ ਜਾਂਦੀ ਟੀਚਰਸ ਵੱਲੋਂ? ਟੀਚਰਸ ਕਿਸੇ ਟਾਈਮ ਵੀ ਤੁਸੀਂ ਜਾ ਕੇ ਉਹਨਾਂ ਨੂੰ ਕੁਸ਼ਚਨਸ ਪੁੱਛ ਸਕਦੇ ਹੋ, ਮੀਨਸ ਕਿ ਹਰੇਕ ਚੀਜ਼ ਦਾ ਉਹਨਾਂ ਕੋਲ ਸੋਲਿਊਸ਼ਨ ਹੈ। ਕਿਸੇ ਵੀ ਟਾਈਮ ਉਹ ਕਦੇ ਵੀ ਮਨਾ ਨਹੀਂ ਕਰਦੇ ਕਿਸੇ ਵੀ ਪੀਰੀਅਡ ਦੇ ਵਿੱਚ, ਅਤੇ ਮੀਨਸ ਕਿ ਅਸਾਈਨਮੈਂਟਸ ਦਿੰਦੇ ਨੇ, ਨੋਟਸ ਦਿੰਦੇ ਨੇ, ਅਤੇ ਸਾਡੇ ਜਿਹੜੇ ਟੈਸਟ ਨੇ ਉਹ ਮੀਨਸ ਕਿ ਡੇਲੀ ਹੈਲਡ ਹੁੰਦੇ ਨੇ। ਅਤੇ ਮੈਂ ਤਾਂ ਸੁਣਿਆ ਕਿ ਬੱਚੇ ਟੈਸਟ ਤੋਂ ਬਹੁਤ ਜ਼ਿਆਦਾ ਡਰਦੇ ਹੁੰਦੇ ਆ, ਇਗਜ਼ਾਮ ਆ ਗਏ, ਇਗਜ਼ਾਮ ਹੋ ਗਏ, ਇੱਕ ਨਾ ਹਊਆ ਜਿਹਾ ਬਣ ਕੇ ਰਹਿ ਗਿਆ ਬੱਚਿਆਂ ਦੇ ਵਿੱਚ, ਔਰ ਤੁਹਾਨੂੰ ਕਿਸ ਤਰ੍ਹਾਂ ਦਾ ਫੀਲ ਹੁੰਦਾ ਟੈਸਟ ਦੀ ਕਿ ਜਾਂ ਟੈਸਟ ਦੇ ਬਾਰੇ ਸੁਣ ਕੇ? ਇੱਦਾਂ ਦੀ ਕੋਈ ਗੱਲ ਨਹੀਂ ਹੈ, ਜਦੋਂ ਆਪਾਂ ਪੜ੍ਹਦੇ ਹਾਂ ਤਾਂ ਫਿਰ ਆਪਾਂ ਨੂੰ ਟੈਸਟ ਤੋਂ ਵੀ ਕੋਈ ਡਰ ਨਹੀਂ ਲੱਗਣਾ ਚਾਹੀਦਾ, ਕਿਉਂਕਿ ਜਦੋਂ ਆਪਾਂ ਸਕੂਲ ਵਿੱਚ 8 ਘੰਟੇ ਬਿਤਾਉਂਦੇ ਹਾਂ ਤਾਂ ਫਿਰ ਆਪਾਂ ਜੇ ਉੱਥੇ ਕੁਝ ਸਿੱਖਿਆ ਹੀ ਨਹੀਂ ਹੈ ਤਾਂ ਫਿਰ ਆਪਾਂ ਨੂੰ ਡਰਨਾ ਚਾਹੀਦਾ, ਜੇ ਆਪਾਂ ਕੁਝ ਸਿੱਖਦੇ ਨਹੀਂ ਹੈ। ਪਰ ਜੇ ਆਪਾਂ ਉੱਥੇ ਜਾਂਦੇ ਹਾਂ ਤਾਂ ਕੁਝ ਸਿੱਖਦੇ ਹੀ ਹਾਂ, ਤਾਂ ਫਿਰ ਉਸਦੇ ਲਈ ਟੈਸਟ ਦੇਣ ਤੋਂ ਕੀ ਡਰਨਾ? ਵੈਰੀ ਗੁੱਡ ਗਗਨ, ਮੈਂ ਵੀ ਸਾਰੇ ਬੱਚਿਆਂ ਨੂੰ ਆਹੀ ਕਹਿਣਾ ਚਾਹਾਂਗੀ ਕਿ ਤੁਸੀਂ ਵੀ ਟੈਸਟ ਤੋਂ ਇੱਕ ਹਵਾ ਬਣਾਉਣਾ ਛੱਡ ਦਿਓ ਅਤੇ ਟੈਸਟ ਦੇ ਕੇ ਆਪਣਾ ਹੁਨਰ ਹੈ ਜਿਹੜਾ ਕਿ ਉਹ ਬਾਹਰ ਕੱਢੋ। ਗਗਨ, ਜਿਵੇਂ ਕਿ ਤੁਹਾਡੀ ਹਮਉਮਰ ਦੇ ਜਿਹੜੇ ਬੱਚੇ ਆ ਉਹਨਾਂ ਦਾ ਜ਼ਿਆਦਾ ਇੰਟਰਸਟ ਖੇਡਣ ਦੇ ਵਿੱਚ ਹੋਏਗਾ, ਸਪੋਰਟਸ ਦੇ ਵਿੱਚ ਹੋਏਗਾ, ਈਵਨ ਕਿ ਕਈ ਲੜਕੀਆਂ ਹੋਣਗੀਆਂ ਜਿਹੜੀਆਂ ਕਹਿਣਗੀਆਂ ਨਹੀਂ ਤੂੰ ਤਾਂ ਕਿਤਾਬੀ ਕੀੜਾ ਬਣੀ ਹੋਈ ਆ, ਬੁੱਕਸ ਨੂੰ ਛੱਡ ਦੇ, ਤੁਹਾਨੂੰ ਕਦੇ ਲੱਗਦਾ ਨਹੀਂ ਹਾਂ ਯਾਰ ਬੋਰਿੰਗ ਹੈ, ਬੁੱਕਸ ਨੂੰ ਛੱਡੋ ਅਤੇ ਆਪਣਾ ਕੁਛ, ਅਸੀਂ ਵੀ ਸਪੋਰਟਸ ਵੱਲ ਧਿਆਨ ਦੇਈਏ ਇਸ ਤਰ੍ਹਾਂ? ਨਹੀਂ, ਮੈਨੂੰ ਬੁੱਕਸ ਬਹੁਤ ਵਧੀਆ ਲੱਗਦੇ ਨੇ, ਮੈਨੂੰ ਮੀਨਸ ਕਿ ਫਰੀ ਟਾਈਮ ਦੇ ਵਿੱਚ ਮੈਂ ਬੁੱਕਸ ਹੀ ਪੜ੍ਹਦੀ ਹਾਂ, ਅਤੇ ਮੈਨੂੰ ਉਸਦੇ ਵਿੱਚ ਬਹੁਤ ਜ਼ਿਆਦਾ ਇੰਟਰਸਟ ਹੈ, ਮੀਨਸ ਕਿ ਹਰੇਕ ਫੀਲਡ ਦੇ ਬਾਰੇ ਬੁੱਕ ਪੜ੍ਹਨਾ ਕਾਫੀ ਕੁਛ ਪਤਾ ਚੱਲਦਾ। ਕਿਸ ਤਰ੍ਹਾਂ ਕੀ ਕੁਛ ਨੌਲੇਜ ਜਿਹੜੀ ਕਿ ਹੁਣ ਤੱਕ ਤੁਸੀਂ ਗੇਨ ਕੀਤੀ ਹੈ? ਮੀਨਸ ਕਿ ਜਿਵੇਂ ਜਨਰਲ ਨੌਲੇਜ ਦੀ ਬੁੱਕਸ, ਮੀਨਸ ਕਿ ਕੋਈ ਵੀ ਟੌਪਿਕ ਕੀਤਾ ਹੁੰਦਾ ਉਸਦੇ ਬਾਰੇ ਜ਼ਿਆਦਾ ਪਤਾ ਲੱਗਦਾ, ਕੋਈ ਵੀ ਪਰਸਨੈਲਿਟੀ ਦੇ ਬਾਰੇ ਜ਼ਿਆਦਾ ਪਤਾ ਲੱਗਦਾ। ਤੁਸੀਂ ਗਗਨ ਦੱਸਿਆ ਕਿ ਮੈਂ ਇੱਕ ਪਿੰਡ ਤੋਂ ਬਿਲੋਂਗ ਕਰਦੀ ਹਾਂ, ਔਰ ਪਿੰਡ ਦੀ ਇੱਕ ਗਗਨ ਦੇ ਵਿੱਚ ਅਤੇ ਅੱਜ ਦੀ ਗਗਨ ਦੇ ਵਿੱਚ ਕੀ ਯਾਨੀ ਕਿ ਚੇਂਜ ਹੈ? ਪਹਿਲਾਂ ਮੇਰੀ ਸੋਚ ਬਹੁਤ ਛੋਟੀ ਹੁੰਦੀ ਸੀ, ਅਤੇ ਹੁਣ ਉਮਰ ਵੱਡੀ ਹੋਣ ਦੇ ਨਾਲ ਅਤੇ ਇਸ ਸਕੂਲ ਦੇ ਵਿੱਚ ਪੜ੍ਹਨ ਨਾਲ ਮੇਰੇ ਸੁਪਨੇ ਵੀ ਬਹੁਤ ਵੱਡੇ ਹੋ ਗਏ ਹਨ। ਪਹਿਲਾਂ ਮੈਂ ਸੋਚਦੀ ਸੀ ਮੈਂ ਤਾਂ ਕੁਛ ਕਰ ਹੀ ਨਹੀਂ ਸਕਦੀ, ਪਰ ਹੁਣ ਮੈਨੂੰ ਲੱਗਦਾ ਵੀ ਜੋ ਵੀ ਕੁਛ ਆਪਾਂ ਕਰਨਾ ਚਾਹੁੰਦੇ ਹਾਂ ਕਰ ਸਕਦੇ ਹਾਂ। ਹੁਣ ਤੁਸੀਂ ਆਪਣੇ ਫਿਊਚਰ ਪਲਾਨ ਨੂੰ ਕਿਸ ਤਰ੍ਹਾਂ ਦੇਖਦੇ ਹੋ? ਮੇਰਾ ਬਾਇਓਲੋਜੀ ਦੇ ਵਿੱਚ ਬਹੁਤ ਜ਼ਿਆਦਾ ਇੰਟਰਸਟ ਹੈ ਅਤੇ ਮੈਂ ਡਾਕਟਰ ਬਣਨਾ ਚਾਹੁੰਦੀ ਹਾਂ। ਵੈਰੀ ਗੁੱਡ, ਔਰ ਅਸੀਂ ਵੀ ਚਾਹਾਂਗੇ ਕਿ ਤੁਸੀਂ ਡਾਕਟਰ ਬਣੋ, ਲੇਕਿਨ ਡਾਕਟਰ ਬਣ ਕੇ ਤੁਸੀਂ ਕਰਨਾ ਕੀ ਚਾਹੋਗੇ? ਲੋਕਾਂ ਦੀ ਹੈਲਪ। ਵੈਰੀ ਗੁੱਡ ਗਗਨ, ਤੁਹਾਡੀ ਜਿਹੜੀ ਸੋਚ ਆ ਉਹਨੂੰ ਸਲਿਊਟ ਹੈ ਸਾਡੇ ਵੱਲੋਂ, ਔਰ ਸਾਡੇ ਸਾਰਿਆਂ ਦੀਆਂ ਬਲੈਸਿੰਗ ਤੁਹਾਡੇ ਨਾਲ ਆ, ਔਰ ਅਸੀਂ ਸਾਰੇ ਚਾਹਾਂਗੇ ਤੁਸੀਂ NTSC ਕਲੀਅਰ ਕਰਕੇ ਆਪਣੀ ਜਿਹੜੀ ਕਿ ਫਿਊਚਰ ਪਲਾਨ ਬਾਰੇ ਜੋ ਕੁਛ ਸੋਚਿਆ ਉਹ ਜਲਦੀ ਜਲਦੀ ਪੂਰਾ ਕਰੋ, ਆਪਣੀ ਅਚੀਵਮੈਂਟ ਪੂਰੀਆਂ ਕਰੋ। ਇਸ ਦੇ ਨਾਲ ਹੀ ਬਹੁਤ ਬਹੁਤ ਥੈਂਕ ਯੂ ਤੁਹਾਡੇ ਸਾਡੇ ਨਾਲ। ਥੈਂਕ ਯੂ।